ਸ਼ੋਭਰ ਪਲਾਜ਼ੇ ਵਿੱਚ ਗੇੜੇ ਕੱਢੀ ਜਾਵੇ ਤਾਂ ਇਹ ਇਹ ਹਾਈਵੇ ਹੈ। ਮੱਚ ਵੇਟਡ ਸੌਂਗ ਸੀਗਾ ਔਰ ਹਮੇਸ਼ਾ ਹੀ ਰਹਿੰਦੇ ਨੇ। ਖਾਸ ਗੱਲ ਇਹ ਹੈ ਕਿ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਪਹਿਲਾ ਗੀਤ ਹੈ ਸਿੱਧੂ ਮੂਸੇਵਾਲਾ ਦਾ, ਇਹ ਟੋਟਲੀ ਫਰੈਸ਼ ਗੀਤ ਆ। ਇਹ ਇਹ ਵੀ ਵੱਡੀ ਮੈਂ ਕਹਿੰਦਾ ਟੀਮ ਦੀ ਉਪਲਬਧੀ ਹੈ, ਕਿਉਂਕਿ ਸਿੱਧੂ ਦੇ ਗੀਤ ਨੇ ਨਾ ਜਿਹੜੇ ਉਹ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਲੀਕ ਹੁੰਦੇ ਨੇ। 69 11 ਫਿਰ 69 11 ਹੀ ਅਜੇ ਮੈਂ ਕਹਿੰਦਾ 5 ਵਜੇ ਸ਼ੁਰੂ ਗੀਤ ਪਿਆ ਵਾ ਤਾਂ 6 ਵਜੇ ਤੋਂ ਥੋੜ੍ਹਾ ਜਿਹਾ ਉੱਪਰ ਟਾਈਮ ਆ। ਤੁਸੀਂ ਦੇਖੋ ਕਮੈਂਟ ਤਾਂ ਮੈਂ ਕਹਿੰਦਾ ਅੱਖਰ ਨਹੀਂ ਪੜ੍ਹ ਹੁੰਦਾ, ਕਮੈਂਟ ਤਾਂ ਵੱਡੀ ਗੱਲ ਆ। 2.5 ਲੱਖ ਤੋਂ ਉੱਤੇ ਕਮੈਂਟ ਉਹਦੇ ਉੱਤੇ ਆ ਚੁੱਕੇ ਨੇ। ਜਿਹੜਾ ਉਹਦੇ ਗੀਤਾਂ ਦੇ ਵਿੱਚ ਇੱਕ ਫਲੋ ਦੇਖਣ ਨੂੰ ਮਿਲਦਾ ਸੀ, ਜਿਹੜੀਆਂ ਚੱਕਵੀਆਂ ਚੀਜ਼ਾਂ ਕਹਿ ਲਓ, ਉਹ ਉਹੀ ਉਹਦਾ ਬਿਲਕੁਲ ਟਿਪੀਕਲ ਮੂਸੇਵਾਲਾ ਸਟਾਈਲ ਦੇ ਵਿੱਚ ਇਹ ਜਿਹੜੀ ਉਹਨੇ ਰਾਈਮਿੰਗ ਕੀਤੀ ਹੈ, ਜਿਹੜੀ ਚੀਜ਼ਾਂ ਲਿਖੀਆਂ ਉਹਨੇ। ਡਿੱਗੀ ਵਿੱਚ ਟਕੂਆ ਉੱਤੋਂ ਧੌਣ ਵਿੱਚ ਕਿੱਲਾ, ਇਹ ਮਾਲਵੇ ਦਾ ਗੱਲ ਆ। ਕਹਿੰਦੇ ਕਿ ਅਰਜਨ ਢਿੱਲੋਂ ਦਾ ਵੀ ਇੱਕ ਆ ਨਾ ਕਿ ਇੱਕ ਕਿੱਲਾ ਧੌਣ 'ਚ ਅਤੇ 40 GT ਰੋਡ 'ਤੇ ਉਹ ਆ ਕੇ ਗੱਡੀ ਵਿੱਚ ਟਕੂਆ ਅਤੇ ਧੌਣ ਵਿੱਚ ਕਿੱਲਾ, ਬ੍ਰਮਟਨ ਵਿਗੜੇ ਹੋਏ ਜੱਟਾਂ ਦਾ ਇਹ ਟਿੱਲਾ। ਤਾਂ ਐਂ ਹੀ ਆ, ਸ਼ੈਰੀਟਨ ਪਲਾਜ਼ਾ ਵਾਲਾ ਜਿਹੜੀ ਜਗ੍ਹਾ ਨਾ, ਜਿਹੜਾ ਉਹ ਸਾਰਾ ਏਰੀਆ ਵਾ, ਉਹਨੂੰ ਹੀ ਇਹਨਾਂ ਨੇ ਗੀਤ ਦੇ ਵਿੱਚ ਕੀਤਾ। ਜਿਹੜੇ ਸਿੱਧੂ ਦੇ ਫੈਨ ਨੇ ਉਹਨਾਂ ਦੇ ਲਈ ਇੱਕ ਹੈਰੀਟੇਜ ਦੀ ਤਰ੍ਹਾਂ ਨੇ ਇਹਦੇ ਉਹਦੇ ਗੀਤ, ਕਿਉਂਕਿ ਸਿੱਧੂ ਮੂਸੇਵਾਲਾ ਨਾਲ ਕਨੈਕਟ ਕਰਨ ਦਾ ਇੱਕੋ ਇੱਕ ਉਹਨਾਂ ਦੇ ਲਈ ਇਹ ਤਰੀਕਾ, ਕਿਉਂਕਿ ਹੁਣ ਆਪ ਤਾਂ ਸਿੱਧੂ ਮੂਸੇਵਾਲਾ ਹੈ ਨਹੀਂ, ਨਾ ਉਹਨੇ ਹੁਣ ਲਾਈਵ ਹੋ ਕੇ ਉਹ ਚੀਜ਼ਾਂ ਕਹਿਣੀਆਂ ਨੇ ਕਿ ਬਾਈ ਨਵਾਂ ਗੀਤ ਆ ਗਿਆ, ਤੁਸੀਂ ਸੁਣ ਲਓ, ਤੁਸੀਂ ਸ਼ੇਅਰ ਕਰ ਲਓ, ਕਮੈਂਟ ਕਰ ਦਿਓ। ਉਹਦੇ ਪੇਰੈਂਟਸ ਬਹੁਤ ਮੈਨੂੰ ਲੱਗਦਾ ਕਿ ਅੱਜ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਵੀ ਪ੍ਰਾਊਡ ਤਾਂ ਦੇਖੋ ਹੁੰਦਾ ਹੀ ਹੋਏਗਾ, ਉਹ ਮੂਮੈਂਟ ਤਾਂ ਹਮੇਸ਼ਾ ਹੀ ਉਹਨਾਂ ਲਈ ਆ, ਪਰ ਦੁੱਖ ਵੀ ਹੁੰਦਾ ਹੋਏਗਾ, ਪਰ ਇੱਕ ਬਹੁਤ ਵੱਡੀ ਉਪਲਬਧੀ ਆ। ਸ਼ੋਭਰ ਪਲਾਜ਼ੇ ਵਿੱਚ ਗੇੜੇ ਕੱਢੀ ਜਾਵੇ ਤਾਂ ਇਹ ਇਹ ਹਾਈਵੇ ਹੈ। ਮੱਚ ਵੇਟਡ ਸੌਂਗ ਸੀਗਾ ਔਰ ਹਮੇਸ਼ਾ ਹੀ ਰਹਿੰਦੇ ਨੇ। ਖਾਸ ਗੱਲ ਇਹ ਹੈ ਕਿ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਪਹਿਲਾ ਗੀਤ ਹੈ ਸਿੱਧੂ ਮੂਸੇਵਾਲਾ ਦਾ, ਇਹ ਟੋਟਲੀ ਫਰੈਸ਼ ਗੀਤ ਆ। ਇਹ ਇਹ ਵੀ ਵੱਡੀ ਮੈਂ ਕਹਿੰਦਾ ਟੀਮ ਦੀ ਉਪਲਬਧੀ ਹੈ, ਕਿਉਂਕਿ ਸਿੱਧੂ ਦੇ ਗੀਤ ਨੇ ਨਾ ਜਿਹੜੇ ਉਹ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਲੀਕ ਹੁੰਦੇ ਨੇ। 69 11 ਫਿਰ 69 11 ਹੀ ਅਜੇ ਮੈਂ ਕਹਿੰਦਾ 5 ਵਜੇ ਸ਼ੁਰੂ ਗੀਤ ਪਿਆ ਵਾ ਤਾਂ 6 ਵਜੇ ਤੋਂ ਥੋੜ੍ਹਾ ਜਿਹਾ ਉੱਪਰ ਟਾਈਮ ਆ। ਤੁਸੀਂ ਦੇਖੋ ਕਮੈਂਟ ਤਾਂ ਮੈਂ ਕਹਿੰਦਾ ਅੱਖਰ ਨਹੀਂ ਪੜ੍ਹ ਹੁੰਦਾ, ਕਮੈਂਟ ਤਾਂ ਵੱਡੀ ਗੱਲ ਆ। 2.5 ਲੱਖ ਤੋਂ ਉੱਤੇ ਕਮੈਂਟ ਉਹਦੇ ਉੱਤੇ ਆ ਚੁੱਕੇ ਨੇ। ਜਿਹੜਾ ਉਹਦੇ ਗੀਤਾਂ ਦੇ ਵਿੱਚ ਇੱਕ ਫਲੋ ਦੇਖਣ ਨੂੰ ਮਿਲਦਾ ਸੀ, ਜਿਹੜੀਆਂ ਚੱਕਵੀਆਂ ਚੀਜ਼ਾਂ ਕਹਿ ਲਓ, ਉਹ ਉਹੀ ਉਹਦਾ ਬਿਲਕੁਲ ਟਿਪੀਕਲ ਮੂਸੇਵਾਲਾ ਸਟਾਈਲ ਦੇ ਵਿੱਚ ਇਹ ਜਿਹੜੀ ਉਹਨੇ ਰਾਈਮਿੰਗ ਕੀਤੀ ਹੈ, ਜੋ ਚੀਜ਼ਾਂ ਲਿਖੀਆਂ ਉਹਨੇ। ਡਿੱਗੀ ਵਿੱਚ ਟਕੂਆ ਉੱਤੋਂ ਧੌਣ ਵਿੱਚ ਕਿੱਲਾ, ਇਹ ਮਾਲਵੇ ਦਾ ਗੱਲ ਆ। ਕਹਿੰਦੇ ਕਿ ਅਰਜਨ ਢਿੱਲੋਂ ਦਾ ਵੀ ਇੱਕ ਆ ਨਾ ਕਿ ਇੱਕ ਕਿੱਲਾ ਧੌਣ 'ਚ ਅਤੇ 40 GT ਰੋਡ 'ਤੇ ਉਹ ਆ ਕੇ ਗੱਡੀ ਵਿੱਚ ਟਕੂਆ ਅਤੇ ਧੌਣ ਵਿੱਚ ਕਿੱਲਾ, ਬ੍ਰਮਟਨ ਵਿਗੜੇ ਹੋਏ ਜੱਟਾਂ ਦਾ ਇਹ ਟਿੱਲਾ। ਤਾਂ ਐਂ ਹੀ ਆ, ਸ਼ੈਰੀਟਨ ਪਲਾਜ਼ਾ ਵਾਲਾ ਜਿਹੜੀ ਜਗ੍ਹਾ ਨਾ, ਜਿਹੜਾ ਉਹ ਸਾਰਾ ਏਰੀਆ ਵਾ, ਉਹਨੂੰ ਹੀ ਇਹਨਾਂ ਨੇ ਗੀਤ ਦੇ ਵਿੱਚ ਕੀਤਾ। ਜਿਹੜੇ ਸਿੱਧੂ ਦੇ ਫੈਨ ਨੇ ਉਹਨਾਂ ਦੇ ਲਈ ਇੱਕ ਹੈਰੀਟੇਜ ਦੀ ਤਰ੍ਹਾਂ ਨੇ ਇਹਦੇ ਉਹਦੇ ਗੀਤ, ਕਿਉਂਕਿ ਸਿੱਧੂ ਮੂਸੇਵਾਲਾ ਨਾਲ ਕਨੈਕਟ ਕਰਨ ਦਾ ਇੱਕੋ ਇੱਕ ਉਹਨਾਂ ਦੇ ਲਈ ਇਹ ਤਰੀਕਾ, ਕਿਉਂਕਿ ਹੁਣ ਆਪ ਤਾਂ ਸਿੱਧੂ ਮੂਸੇਵਾਲਾ ਹੈ ਨਹੀਂ, ਨਾ ਉਹਨੇ ਹੁਣ ਲਾਈਵ ਹੋ ਕੇ ਉਹ ਚੀਜ਼ਾਂ ਕਹਿਣੀਆਂ ਨੇ ਕਿ ਬਾਈ ਨਵਾਂ ਗੀਤ ਆ ਗਿਆ, ਤੁਸੀਂ ਸੁਣ ਲਓ, ਤੁਸੀਂ ਸ਼ੇਅਰ ਕਰ ਲਓ, ਕਮੈਂਟ ਕਰ ਦਿਓ। ਉਹਦੇ ਪੇਰੈਂਟਸ ਬਹੁਤ ਮੈਨੂੰ ਲੱਗਦਾ ਕਿ ਅੱਜ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਵੀ ਪ੍ਰਾਊਡ ਤਾਂ ਦੇਖੋ ਹੁੰਦਾ ਹੀ ਹੋਏਗਾ, ਉਹ ਮੂਵਮੈਂਟ ਤਾਂ ਹਮੇਸ਼ਾ ਹੀ ਉਹਨਾਂ ਲਈ ਆ, ਪਰ
ਦੁੱਖ ਵੀ ਹੁੰਦਾ ਹੋਵੇਗਾ, ਪਰ ਇੱਕ ਬਹੁਤ ਵੱਡੀ ਉਪਲਬਧੀ ਹੈ।